हेलो, वेलकम टू यूट्यूब चैनल। किमें सारे हो? पता ठीक होवोंगे। सो गुड मॉर्निंग सारे नु। ठंड हो गई ते मैं नहा धो के राती फिर आ गया कंबल दे रसाई दे विच, ते कपिल रेडी हो रहा है जाना है फतेहगढ़ साहब। सो सारे नु पहला तां बेनती है भी सभा आ रही है, सो सारे जने फतेहगढ़ साहब जरूर जायो, ते जिहड़े चमकौर साहब रहिंदे ने चमकौर साहब भी जरूर जायो, ते आपां चलिया फतेहगढ़ साहब मत्था टेकना। सो अज संडे, हर संडे जाईदा है, ते 6 बज गए मैं निकलना, ते बाकी अगे सभा आ रही है ते 2-3 दिन सभा सेवा करांगे आपां, ते निकलते हैं हुण। ते अज तां व्लॉग मैं कहिंदा बना लईए, ते कम कुम अज मैनूं तां होणा नहीं शायद, बाकी जो होया देख लांगे। अज घर दे विच 2-4 कम ने उह करांगे, ते अज उहदा वो ब्लॉग बनाउणा है। तो बने रहे ब्लॉग दे नाल, निकलदे आपां फतेहगढ़ साहिब नूं। ठंड बहुत हो गई ते मैं हुण जैकेट पा के निकलदा, मिलदा तुहानूं फतेहगढ़ साहिब जा के। गड्डी तैयार है ते चलाऊगा कपिल, ते निकलदे आं आपां हुण। होर वी ਫਤਿਹਗੜ੍ਹ ਸਾਹਿਬ ਮੱਥਾ ਟੇਕ ਕੇ ਵਾਪਸ ਆ ਗਏ ਸੀਗੇ, ਤੇ ਦੇਖਿਆ ਕਰਨ ਗੱਡੀ ਧੋ ਰਿਹਾ ਸੀਗਾ ਆਪਣੀ, ਤੇ ਲੱਗਦਾ ਤੇ ਮੈਂ ਵੀ ਆਪਣੀ ਗੱਡੀ ਦੇ ਪਾਣੀ ਮਾਰੇ ਲਿਆ, ਤੇ ਸਵੇਰੇ ਸਵੇਰੇ 20 ਰੁਪਏ ਨੂੰ ਲੱਭੇ ਨੇ ਆਪਾਂ ਨੂੰ ਦੁਕਾਨ ਦੇ ਮੂਹਰੋਂ ਦੀ। ਤੇ ਆਪਾਂ ਇਹ ਤਾਂ ਮੱਥਾ ਟੇਕਾਂਗੇ ਗੁਰੂ ਸਾਹਿਬ ਜਾ ਕੇ, ਗੁਰੂ ਘਰ ਜਾ ਕੇ, ਤੇ ਚੱਲਦੇ ਆਪਾਂ ਨੂੰ ਘਰੇ ਆਪਣੇ। ਦੁਕਾਨ ਕੱਪੀ ਨੇ ਖੋਲਤੀ, ਸ਼ਟਰ ਖੋਲਤਾ ਸੀਗਾ, ਤੇ ਚੱਲਦੇ ਹਾਂ। 2-4 ਜਿਹੜੇ ਕੰਮ ਨੇ ਨਿਬੇੜੀਏ ਕਰਦੇ, ਪਹਿਲਾਂ ਜਾ ਕੇ ਨਾ 1.5 ਘੰਟਾ ਲੇਟੀਏ, ਮੋਬਾਈਲ ਚਲਾਉਂਦੇ ਹਾਂ 1.5 ਘੰਟਾ, ਉਸ ਤੋਂ ਬਾਅਦ ਜਿਹੜਾ ਕੰਮ ਨੇ ਆਪਾਂ ਉਹ ਕਰਾਂਗੇ। ਅਤੇ ਕਰਨ ਨੂੰ ਚੱਲੇ ਨੇ ਚਮਕੌਰ ਸਾਹਿਬ ਮੱਥਾ ਟੇਕਣ, ਕਰਨ ਕੈਪੀ ਅਤੇ ਛਾਉਣ, ਅਤੇ ਆਪਾਂ ਫਤਿਹਗੜ੍ਹ ਸਾਹਿਬ ਮੱਥਾ ਟੇਕ ਆਏ। ਅਤੇ ਮੈਨੂੰ ਖੜ੍ਹੇ ਘਰ ਦੇ ਕੰਮ 'ਚ ਤਾਂ ਮੈਂ ਚੱਲਿਆ ਨਹੀਂ ਉਹਨਾਂ ਨਾਲ, ਜੇ ਮੈਂ ਜਾਣਾ ਸੀਗਾ। ਅਤੇ ਚਮਕੌਰ ਸਾਹਿਬ ਗਏ ਨੂੰ ਕਾਫੀ ਟਾਈਮ ਹੋ ਗਿਆ, ਮੇਰਾ 2 ਸਾਲ ਹੋ ਗਏ ਤਕਰੀਬਨ। ਕੋਈ ਨਹੀਂ ਆਪਾਂ ਜਾਵਾਂਗੇ ਚਮਕੌਰ ਸਾਹਿਬ, ਅਤੇ ਚੱਲਦੇ ਆਪਾਂ ਅੰਦਰ, ਅਤੇ ਮਿਲਦੇ ਹਾਂ 1.5 ਘੰਟੇ ਤੱਕ। ਮਿੱਤਰੋ ਉਹੀ ਗੱਲ ਹੋਈ ਵੀ ਲੇਟਾਂ ਤਾਂ ਗਏ ਸੀ 1.5 ਘੰਟਾ, ਅਤੇ ਪੂਰੇ 2 ਘੰਟੇ ਬਾਅਦ ਉੱਠੇ ਹਾਂ ਆਪਾਂ, ਅਤੇ ਟਾਈਮ 10:30 ਦੇ ਕਰੀਬ ਹੋ ਗਏ, 11:45। ਅਤੇ ਹੁਣ ਆਪਾਂ ਆਏ ਹਾਂ ਦੁਕਾਨ 'ਤੇ, ਅਤੇ ਤੁਹਾਨੂੰ ਮਿਲਾਉਂਦੇ ਹਾਂ ਆਪਾਂ ਇੱਕ ਨਵੇਂ ਮਹਿਮਾਨ ਦੇ ਨਾਲ, ਅੱਜ ਇਹਨਾਂ ਦਾ ਆਪਾਂ ਕਰਨਾ ਘਰ ਤਿਆਰ। ਅਤੇ ਆਹ ਦੇਖੋ, ਹਾਂਜੀ ਕਿਵੇਂ ਹੋ? ਮਸਤੀ ਦੇ ਵਿੱਚ ਇਹ ਆਪਣਾ ਕਿਵੇਂ ਬ੍ਰੇਕਫਾਸਟ ਇੰਜੋਏ ਕਰ ਰਹੇ ਨੇ, ਅਤੇ ਆਪਾਂ ਚੱਲਦੇ ਹਾਂ ਇਹਨਾਂ ਦਾ, ਆਪਾਂ ਕਰਦੇ ਹਾਂ ਰੂਮ ਰੈਡੀ। ਤੋ ਮੈਂ ਘਰ ਰਾਤੀ ਘਰ ਲੈ ਕੇ ਆਇਆ ਸੀ ਘਰ ਵਾਸਤੇ, ਇਹਨਾਂ ਵਾਸਤੇ, ਅਤੇ ਉਹ ਲਗਾਉਂਦੇ ਹਾਂ ਉੱਪਰ ਜਾ ਕੇ, ਰੈਡੀ ਕਰਦੇ ਹਾਂ ਅਤੇ ਦੇਖਦੇ ਹਾਂ ਕਿਵੇਂ ਲੱਗਦਾ ਹੈ। ਮਿੱਤਰੋ ਮੈਨੂੰ ਲੱਗ ਗਈ ਸੀ ਬਹੁਤ ਜ਼ਿਆਦਾ ਭੁੱਖ, ਅਤੇ ਮੈਂ ਲਿੱਤੇ ਇੱਕ ਪਿਆਜ਼ ਅਤੇ ਇੱਕ ਟਮਾਟਰ ਦੇ ਨਾਲ ਮੈਗੀ। ਸੋ ਅੱਜ ਬਣਾਉਂਦੇ ਆਪਾਂ ਬ੍ਰੇਕਫਾਸਟ ਮੈਗੀ, ਮੰਮੀ ਗਏ ਨੇ ਪਾਠ 'ਤੇ, ਅਤੇ ਆਪਾਂ ਰੈਡੀ ਕਰਦੇ ਹਾਂ ਮੈਗੀ ਦਾ ਬ੍ਰੇਕਫਾਸਟ। ਬ੍ਰੇਕਫਾਸਟ ਬਣਾਉਣ ਵਾਸਤੇ ਆਪਾਂ ਰੈਡੀ ਹਾਂ, ਸੋ ਆਪਣਾ ਸਮਾਨ ਸਾਰਾ ਤਿਆਰ ਹੈ, ਅਤੇ ਬਣਾਉਂਦੇ ਹਾਂ ਆਪਾਂ। ਪਹਿਲਾਂ ਰੱਖਦੇ ਹਾਂ ਆਪਾਂ ਗੈਸ ਚੁੱਲ੍ਹਾ ਬਾਲਦੇ ਹਾਂ, ਅਤੇ ਫਿਰ ਆਪਾਂ ਮੈਗੀ ਦੀ ਪ੍ਰਿਪਰੇਸ਼ਨ ਤੜਕਾ ਤੜਕਾ ਲਗਾਉਂਦੇ ਹਾਂ, ਅਤੇ ਕੜਾਹੀ ਆਪਾਂ ਰੱਖ ਲਈ, ਅਤੇ ਉੱਪਰ ਪਾਉਂਦੇ ਹਾਂ ਆਪਾਂ ਮੱਖਣ। ਮੱਖਣ ਪੈ ਗਿਆ ਆਪਣਾ, ਫਿਰ ਆਉਣਗੇ ਆਪਣੇ ਆਲੂ, ਫਿਰ ਆਉਣਗੇ ਟਮਾਟਰ, ਸੋਰੀ ਟਮਾਟਰ ਕਹਿ ਗਿਆ ਪਿਆਜ਼, ਇਹ ਉਹਨੂੰ ਭੁੰਨਾਂਗੇ, ਫਿਰ ਆਪਾਂ ਅੱਗੇ ਸਮਾਨ ਪਾਉਂਦੇ ਹਾਂ। ਤੜਕਾ ਆਪਣਾ ਲੱਗ ਰਿਹਾ, ਇਹ ਬਣ ਰਹੀ ਹੈ ਆਪਣੀ ਬਟਰੀ ਚੀਜ਼ ਦੀ ਮੈਗੀ, ਜਾਂ ਚੀਜ਼ ਦੀ ਬਟਰੀ ਮੈਗੀ ਜੋ ਮਰਜ਼ੀ ਲਗਾ ਲਓ। ਅਤੇ ਦੇਖੋ ਬਟਰ ਬਟਰ ਹੋਇਆ ਪਿਆ, ਤੜਕਾ ਲੱਗ ਰਿਹਾ, ਮਸਾਲਾ ਪਾਵਾਂਗੇ ਇਹਦੇ 'ਚ ਆਪਾਂ। ਮਸਾਲਾ ਪਾਉਣ ਤੋਂ ਬਾਅਦ ਫਿਰ ਪੈਣਗੇ 'ਚ ਬਾਕੀ ਸਮਾਨ।
हूँ बारी हैगी है मटर की, मटर तो बाद जाने का पानी। मैगी अपनी तैयार हो रही है बस 2 मिनट के, जिमें कि मैगी हमने कहा अपनी 2 मिनट तैयार है। तो अपनी हम ये जाऊगा पनीर ते थोड़ा जहा चीज़ जो मैं क्रश करके रखे हुआ सीगा। तो हम आप करते हैं मेल्ट मतलब मिक्सिंग। तो मैगी अपनी रेडी है तो आप खाने हैं प्लेट च पा के। ब्रेकफास्ट अपना हो गया रेडी, जो कि मसाला तड़के वाली चीज़ी बटरी चीज़ी मैगी बनाई है आप। बहुत ही ज़्यादा वधिया फ्रैगनेंस आ रही है, ये स्मेल आ रही है। तो खाने हैं तो फिर चलते हैं नवा जो आप पैरट्स का घर तैयार करना चलते हैं। तो 11:30 हो गए, अद्धा घंटा लग गया पूरा मैगी बनाने। समान तैयार करो कट्टो बढ़ो तो खाने हैं फिर चलते हैं। लाओ जी मित्रों घर कर दिते ने आप तैयार। दो घर लगाए, दो पिंगा लगाती थोड़ा दिखाना मैं। एक तो आ लगाता झूठ जाएंगे तो कह लगाया, तो दो आ लगाए ने आप पिछे बड़ा उस अपना टेंशन फ्री हो गए। इतने अपना नची जाने घूमी जाएंगे ऐश करे। तो एक बार अपना कोठे ले जाएंगे धुप्पे, ठंड का टाइम है। तो बाकी रात में थले ले जाया करा, थोड़ा बहुत खेल खेड लिया करा। तो चल जाने लेके आने आप दुकान से, धुप्प सेकते पे से। पापा ने मैं कहते तुम उपर ले आए हो, आप लेके नहीं आए जी। तो मैंने जवाब दी थले जाना पैना, तो अपन लेके आने तो इतने छड़ते हैं उन्होंने। एक बैठा है आहा ते एक बैठा है आहा, मस्ती करी जाएंगे अपनी इंजॉय करेंगे। ठीक है ना भी ओके है। पैरट का हाउस तैयार करके मैं चलिया रोटी खा। तो पापा कहते भी आप भी चलते हैं चमकौर साहब मत्था टेकन। तो मैं क्या नेकी और पूछ पूछ चलो चलिए रोटी खा के निकलते हैं चमकौर साहब। पहुँच चुके जी आप चमकौर साहब कतलगढ़ साहब गुरुद्वारे अंदर, पार्किंग गड्डी लगाती। तो मैं अज का आप कह सकते हैं भी अनप्लैन सीगा। देखो सवेरे फतेहगढ़ साहब गए हैं, मेरी कोई प्लानिंग नहीं सी भी चमकौर साहब आवेंगे। तो बाबा जी ने बुला लिया, तो धन्यवाद करते हैं बाबा जी का भी आह दिन भी अभी चमकौर साहब असं मत्था टेकन आए हाँ सवा दे दिन। तो चलते हैं मत्था टेकते हैं दर्शन करते हैं, तो हम थोनू भी कराने। पहुँच गए आप कतलगढ़ साहब रूपनगर, चलते हैं दर्शन करते हैं अंदर। तो कतलगढ़ साहब मत्था टेक के मैं आ गया थी उपर चमकौर की गढ़ी तो पिछे देख रहे तुसी। तो चमकौर की गढ़ी चलते हैं मत्था टेक के दर्शन करते हैं अंदर। मम्मी पापा पता नहीं किधर चले गए, सर अंदर चले गए उन्हें फोन तो आया से मैनू। सब चलते हैं दर्शन करते हैं। ये द्वार से रेनोवेट किया पहला मैं आया से तो हो रहा है, हूँ प्रोपर हो गया तुम दिखाना मैं। पापा तो मम्मी भी आ रहे हैं, कपिल जी पहुँच चुके अपने नाल। तो चलते हैं दर्शन करते हैं मत्था टेकते जाके। सो ये है किला चमकौर साहब का। तो चलते हैं आप हम वापस गड्डी वाल, तो अगे जाके देखते हैं।
ਮਾਸ਼ਰ ਵਾਲੀ ਸਾਹਿਬ ਜਾਈਏ ਦਰਸ਼ਨ ਹੋ ਗਏ ਬਹੁਤ ਹੀ ਵਧੀਆ ਤੇ ਹੁਣ ਚੱਲਦੇ ਹਾਂ ਆਪਾਂ ਚਮਕੌਰ ਸਾਹਿਬ ਤੋਂ ਨਿਕਲ ਕੇ ਮਾਛੂਵਾੜਾ ਸਾਹਿਬ ਚਰਨ ਕਮਲ ਸਾਹਿਬ ਗੁਰਦੁਆਰਾ ਸਾਹਿਬ ਚੱਲਦੇ ਹਾਂ ਮੱਥਾ ਟੇਕਦੇ ਉੱਥੇ ਜਾ ਕੇ ਵੀ ਉੱਥੇ ਥੋੜ੍ਹੀ ਭੀੜ ਘੱਟ ਹੋ ਗਈ ਅਤੇ ਥੋੜ੍ਹੀ ਜ਼ਿਆਦਾ ਸੀਗੀ ਅਤੇ ਚੱਲਦੇ ਹਾਂ ਨਿਕਲਦੇ ਹਾਂ ਆਪਾਂ ਇੱਥੋਂ ਦੀ ਹੁਣ ਬੈਠ ਕੇ ਗੱਡੀ ਦੇ ਵਿੱਚ ਅਤੇ ਰਵਾਨਾ ਹੁੰਦੇ ਹਾਂ ਪੰਜ ਵੱਜ ਕੇ 40 ਮਿੰਟ ਹੋ ਗਏ ਅਤੇ ਪਹੁੰਚ ਚੁੱਕੇ ਆਪਾਂ ਮਾਛੂਵਾੜੇ ਚਰਨ ਕਮਲ ਸਾਹਿਬ ਗੁਰਦੁਆਰਾ ਸਾਹਿਬ ਅਤੇ ਚੱਲਦੇ ਹਾਂ ਅੰਦਰ ਦਰਸ਼ਨ ਕਰਦੇ ਹਾਂ ਮੱਥਾ ਟੇਕਦੇ ਹਾਂ ਇਹ ਉਹ ਪਵਿੱਤਰ ਖੂਹ ਆ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਲ ਛਕਿਆ ਸੀਗਾ ਜਦੋਂ ਚਮਕੌਰ ਸਾਹਿਬ ਦੀ ਲੜਾਈ ਤੋਂ ਬਾਅਦ ਇੱਥੇ ਆ ਕੇ ਰਹੇ ਸੀ ਚੱਲਦੇ ਹਾਂ ਹੁਣ ਆਪਾਂ ਜੋੜਾ ਘਰ 'ਚ ਜੋੜੇ ਲੈਂਦੇ ਹਾਂ ਅਤੇ ਚੱਲਦੇ ਹਾਂ ਗੱਡੀ ਵੱਲ ਨਿਕਲਦੇ ਹਾਂ ਦਰਸ਼ਨ ਕਰਕੇ ਆ ਗਏ ਬਾਹਰ ਅਤੇ ਹੁਣ ਚੱਲਦੇ ਹਾਂ ਆਪਾਂ ਵਾਪਸ ਘਰ ਨੂੰ ਅਤੇ ਗੱਡੀ 'ਚ ਆਪਾਂ ਬਹਿਣ ਲੱਗੇ ਹਾਂ ਅਤੇ ਹੁਣ ਜਾ ਕੇ ਦੇਖਦੇ ਹਾਂ ਖੰਨੇ ਰੁਕਣਾ ਹੈ ਜਾਂ ਵਾਪਸ ਘਰ ਨੂੰ ਜਾਣਾ ਹੈ ਅਤੇ ਹੁਣ ਉੱਥੇ ਜਾ ਕੇ ਪਤਾ ਲੱਗੂਗਾ ਸੋ ਫਾਈਨਲੀ ਵਾਪਸ ਘਰ ਆ ਗਏ ਹਾਂ ਅਤੇ ਟਾਈਮ ਹੋ ਗਿਆ ਤਕਰੀਬਨ 7:45 ਅਤੇ ਮੈਂ ਜਾ ਰਿਹਾ ਕੋਠੇ 'ਤੇ ਪੈਰਟਸ ਨੂੰ ਦੇਖਣ ਵਾਸਤੇ ਅਤੇ ਕਾਫੀ ਟਾਈਮ ਮਤਲਬ ਹਨੇਰਾ ਪਿਆ ਉਹਨਾਂ ਦੇ ਕਮਰੇ 'ਚ ਅਤੇ ਪੂਰੇ ਘਰ 'ਚ ਨੇੜੇ 'ਚ ਕੋਈ ਲਾਈਟ ਚਲਾਉਣੀ ਭੁੱਲ ਗਏ ਅਤੇ ਉੱਧਰ ਜਾ ਕੇ ਦੇਖਦੇ ਹਾਂ ਲਾਈਟਾਂ ਚਲਾ ਚਲਾ ਕੇ ਜਾਣਾ ਪੈਣਾ ਲਾਈਟਾਂ ਹੀ ਬਹੁਤ ਲੱਗੀਆਂ ਨੇ ਇੱਕ ਗਾਂ ਬੈਠਾ ਹੈ ਅਤੇ ਗਊ ਬੈਠਾ ਹੈ ਇਹਨਾਂ ਨੂੰ ਨੀਚੇ ਲੈ ਕੇ ਆ ਰਿਹਾ ਹੈ ਤੋਤਿਆਂ ਨੂੰ ਅਤੇ ਇਹ ਅੱਜ ਨੀਚੇ ਰੈਸਟ ਕਰਨਗੇ ਅਤੇ ਮੈਂ ਸੋਚਿਆ ਵੀ ਨਹੀਂ ਸੀਗਾ ਚਮਕੌਰ ਸਾਹਿਬ ਜਾ ਸਕਾਂ ਅਤੇ ਬਾਬਾ ਜੀ ਨੇ ਬੁਲਾ ਲਿਆ ਅਤੇ ਚਲੋ ਵਧੀਆ ਹੋ ਗਿਆ ਸੋ ਅੱਜ ਦਾ ਲੋਕ ਪੱਤੀ ਖਤਮ ਕਰਦੇ ਹਾਂ ਤੁਹਾਨੂੰ ਪਸੰਦ ਆਇਆ ਹੋਊਗਾ ਦਰਸ਼ਨ ਕੀਤੇ ਹੋਣਗੇ ਤੁਸੀਂ ਗੁਰਦੁਆਰਾ ਸਾਹਿਬ ਦੇ ਸੋ ਚੈਨਲ ਨੂੰ ਲਾਈਕ ਕਰ ਦਿਓ ਵੀਡੀਓ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰਦੇ ਕਮੈਂਟ ਕਰਦੇ ਹੋ ਸਾਰੇ ਜਬ ਲੋਕ ਅਤੀ ਕਰਦੇ ਹੋ ਗੁੱਡ ਬਾਏ ਗੁੱਡ ਨਾਈਟ ਬਾਏ ਬਾਏ।